ਵਾਲੀ ਕੁੱਤੀ ਤੇ ਇੱਕ ਚਿੱਤਰ ਮਿੱਤਰੀ ਕੁੱਕੜੀ ਮੁਰਗੀ ਰਹਿੰਦੀਆਂ ਸਨ। ਬਿੱਲੀ ਦਾ ਨਾਂ ਮਾਣੋ ਸੀ, ਕੁੱਤੀ ਦਾ ਭੂਰੋ ਤੇ ਕੁੱਕੜੀ ਦਾ ਚਿੱਤਰ ਮਿੱਤਰੀ ਸੀ। ਭੂਰੋ ਮਾਣੋ ਨੂੰ ਵੇਖ ਕੇ ਉਹਦੇ ਮਗਰ ਦੌੜ ਪੈਂਦੀ ਤੇ ਭੂਰੋ ਦੇ ਮਾਣੋ ਵਿਚਾਰੀ ਚਿੱਤਰ ਮਿੱਤਰੀ ਨੂੰ ਟਿਕਣ ਨਹੀਂ ਦਿੰਦੀਆਂ। ਘਰ ਦੀ ਸੋਹਣੀ ਮਾਣੋ ਨੂੰ ਦੁੱਧ ਪਾਉਂਦੀ ਤਾਂ ਭੂਰੋ ਮਾਣੋ ਨੂੰ ਭਜਾ ਦਿੰਦੀ ਤੇ ਉਹ ਦੁੱਧ ਆਪਣ ਆਪ ਪੀ ਜਾਂਦੀ, ਉਹਦੀ ਰੋਟੀ ਵੀ ਖੋ ਲੈਂਦੀ। ਜੇ ਉਹ ਕੋਈ ਚੂਹਾ ਫੜ ਕੇ ਲਿਆਉਂਦੀ ਤਾਂ ਮਗਰ ਭੱਜ ਕੇ ਖੋ ਲੈਂਦੀ, ਬਿੱਲੀ ਉਹਦੀ ਡੰਡਾ ਲੈ ਕੇ ਪੈਂਦੀ। ਇਸੇ ਕਰਕੇ ਮਾਣੋ ਸਾਰਾ ਦਿਨ ਤੂੜੀ ਵਾਲੇ ਕੋਠੇ 'ਚ ਲੁਕੀ ਰਹਿੰਦੀ। ਜਦੋਂ ਨਿਕਲਣਾ ਹੁੰਦੀ ਬੜੀ ਸੁੰਗੀ ਹੋ ਕੇ ਨਿਕਲਦੀ। ਚਿੱਤਰ ਮਿੱਤਰੀ ਸਾਰਾ ਦਿਨ ਆਪਣੇ ਪਹੁੰਚਦਿਆਂ ਨਾਲ ਰੂੜੀ ਫੋਲ ਫੋਲ ਦਾਣੇ ਲੱਭਦੀ ਰਹਿੰਦੀ, ਕੁੱਕ ਕੁੱਕ ਕਰਦੀ ਰਹਿੰਦੀ। ਭੂਰੋ ਉਹਨੂੰ ਵੇਖ ਲੈਂਦੀ ਤਾਂ ਕੁੱਦ ਕੇ ਪੈ ਜਾਂਦੀ। ਵਿਚਾਰੀ ਚਿੱਤਰ ਮਿੱਤਰੀ ਦੌੜ ਕੇ ਬੀਬੀ ਕੋਲ ਆ ਜਾਂਦੀ। ਬੀਬੀ ਭੂਰੋ ਨੂੰ ਝਿੜਕਦੀ ਤਾਂ ਮਾਣੋ ਛੁੱਪ ਕੇ ਵੇਖਦੀ ਰਹਿੰਦੀ। ਭੂਰੋ ਨੂੰ ਝਿੜਕਾ ਪੈਂਦਾ ਵੇਖ ਕੇ ਉਹ ਹੱਸਣ ਲੱਗਦੀ ਤੇ ਮਨ ਹੀ ਮਨ 'ਚ ਖੁਸ਼ ਹੁੰਦੀ। ਤੁਸੀਂ ਆਪੋ 'ਚ ਰਲ ਮਿਲ ਕੇ ਕਿਉਂ ਨਹੀਂ ਰਹਿੰਦੀਆਂ, ਬੀਬੀ ਭੂਰੋ ਨੂੰ ਆਖਦੀ। ਤੁਸੀਂ ਆਪੋ ਰਲ ਮਿਲ ਕੇ ਕਿਉਂ ਨਹੀਂ ਰਹਿੰਦੀਆਂ, ਬੀਬੀ ਭੂਰੋ ਨੂੰ ਆਖਦੀ। ਬੀਬੀ ਜੀ ਤੁਸੀਂ ਭੂਰੋ ਨੂੰ ਮੋੜ ਲਵੋ।